जलालाबाद के गांव कमालवाला में अकाली दल के चुनाव प्रचार दौरान दो पक्षों में हुए झगड़े में दो व्यक्ति घायल हुए हैं। सिविल अस्पताल में उपचाराधीन यहां एक पक्ष ने दूसरे पक्ष को कांग्रेसी बताया है तो वहीं दूसरे पक्ष ने खुद को अकाली बताया है। घटना की सूचना मिलते ही फाजिल्का जिला पुलिस ने मौके का मुआयना किया। वहीं एसपी एएस मटवानी ने सिविल अस्पताल में पहुंचकर घायलों से घटना के बारे में पूछा। सिविल अस्पताल में उपचाराधीन हरजिंदर सिंह निवासी गांव कमालवाला ने बताया कि वे अकाली दल का वर्कर है और आज अपने साथियों के साथ गांव में श्रोमणी अकाली दल के उम्मीदवार सुखबीर सिंह बादल के पक्ष में चुनाव प्रचार करने के दौरान इश्तेहार लगा रहा था तो गाँव के कांग्रेसी देवेंद्र सिंह ने अपने साथियों सहित उन पर तेज धार हथियारों से हमला कर दिया। दूसरे पक्ष के अस्पताल में उपचाराधीन देवेंद्र सिंह ने बताया कि वे अकाली दल से संबंधित है और आज ग्रामीणों व हरजिंदर सिंह के साथ मिलकर पार्टी उम्मीदवार के लिए प्रचार कर रहे थे कि इतने में ही पुरानी रंजिश को लेकर हरजिंदर सिंह व उनके साथियों ने उन पर हमला बोल दिया जिससे वे घायल हो गए। जब इस बारे में एसपी एएस मटवानी से बात की गई तो उन्होंने बताया कि चुनाव प्रचार दौरान दो पक्षों में आपसी झगड़ा हुआ है जिसमें एक पक्ष ने दूसरे पक्ष को कांग्रेसी बताया है और दूसरा पक्ष खुद को अकाली बता रहा है। फिलहाल मामले की जांच जारी है। ਸੰਤਾਲੀ ਕਾਰਾਂ ਫੀਚਿਆ ਪਿੱਛੇ ਨਾਲ ਇਤਿਹਾਸ ਹੀ ਇਹੋ ਜਿਹਾ ਸਾਡੇ ਤਾਂ ਕੋਈ ਵਿਚਾਰ ਨਹੀਂ ਕੋਈ ਲੜਨ ਬਾਰੇ ਨਹੀਂ ਕਿਸੇ ਤਰ੍ਹਾਂ ਕੋਈ ਰੰਜਿਸ਼ ਨਹੀਂ ਸੀ ਕਾਂਗਰਸੀ ਬੰਦੇ ਸੀ ਆ ਕੇ ਸਾਰੇ ਵਰਕਰਾਂ ਦੇ ਵਿੱਚ ਦੀ ਭੱਜ ਨੱਸ ਗਏ ਤੇ ਮੇਰੇ ਆਣ ਕੇ ਮੈਂ ਅੱਗੇ ਮੋਹਰੀ ਸਾਹਿਬ ਮੈਂ ਪੋਸਟਰ ਲਾ ਰਿਹਾ ਸਾਂ ਤੇ ਕਿੰਨਾ ਦੇ ਪੋਸਟਰ ਲਾ ਲਈ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਜੀ ਦੀ ਰਹਿਨਮਾਈ ਹੇਠ ਜੋ ਸਾਡੇ ਜ਼ੋਨ ਇੰਚਾਰਜ ਨਾਲ ਉਹਨਾਂ ਦੀ ਰਹਿਨਮਾਈ ਇਕੱਠੇ ਵਰਕ ਕਰ ਰਹੇ ਸਾਂ ਨਾਲੇ ਸਵੇਰੇ ਬੱਸਾਂ ਦਾ ਲਿਜਾਣ ਵਾਸਤੇ ਵੀ ਵਰਕ ਕਰ ਰਹੇ ਸਾਂ ਘਰ ਘਰ ਸੁਨੇਹਾ ਦੇ ਰਹੇ ਸਾਂ ਅਕਾਲੀ ਦਲ ਦਾ ਤੇ ਉੱਥੇ ਆ ਕੇ ਨੱਥੇ ਤੇ ਵਾਰ ਕਰ ਦਿੱਤੇ ਕਿੰਨਾ ਨੇ ਕੀਤਾ ਜੀ ਉਹ ਗੁਰਪ੍ਰੀਤ ਸਿੰਘ ਸਾਨੂੰ ਬਲਕਾਰ ਸਿੰਘ ਇੱਕ ਉਹ ਬੰਟੀ ਮੁੰਡਾ ਜਰਨੈਲ ਸਿੰਘ ਦਾ ਦਵਿੰਦਰ ਸਿੰਘ ਉਹਦਾ ਨਾਂ ਹੈ ਇੱਕ ਛਿੰਦਾ ਸੀ ਉਹਦਾ ਬਲਕਾਰ ਸਿੰਘ ਦਾ ਇੱਕ ਦਰਬਾਰਾ ਸਿੰਘ ਦਾ ਲੜਕਾ ਸੀ ਪਰਿਵਾਰ ਚਾਰੇ ਦੇ ਚਾਚੇ ਤਾਇਆਂ ਦੇ ਆਪਸ ਵਿੱਚ ਆਏ ਨੇ ਇਹ ਕੌਣ ਨੇ ਜੀ ਇਹ ਜੱਟ ਸਿੱਖ ਪਿੱਛੋਂ ਇਤਿਹਾਸ ਇਹਨਾਂ ਦਾ ਸਾਰੇ ਇਹ ਕਾਂਗਰਸ ਪਾਰਟੀ ਦੇ ਬੰਦੇ ਨੇ ਪਿਛਲੇ ਤਿੰਨਾ ਤਿੰਨਾ ਹੈਗਾ ਸੀ ਤੇ ਤੋਤਾ ਸੀ ਇਹਨਾਂ ਦਾ ਮੁੰਡਾ ਤੇ ਜੱਸਾ ਕਿੰਦਰ ਲਿਗਾੜ ਤੇ ਜੱਸਾ ਵੀ ਨਾਲ ਹੈਗਾ ਸੀ ਉਹਨਾਂ ਦਾ ਭਰਾ ਉਸ ਤੋਂ ਬਾਅਦ ਝਗੜਾ ਸਾਡਾ ਹੋ ਗਿਆ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਨੇ ਜਾਂ ਦੂਜੇ ਦੂਜੇ ਕਰਦੇ ਹੋ ਤੇ ਤੁਸੀਂ ਅਸੀਂ ਕਰਦੇ ਹੋ ਅੱਛਾ ਉਹ ਕਿੰਨੇ ਕੁ ਬੰਦੇ ਸੀ ਤੇ ਤੁਸੀਂ ਕਿੰਨੇ ਸੀ ਉਹ ਬੰਦੇ ਆਪ ਤੋਂ ਦੋ ਤਿੰਨ ਹੈਗੇ ਸੀ ਬਾਅਦ ਚੋਂ ਨਗਰ 'ਚ ਫੋਨ ਕਰਕੇ ਫਿਰ ਗੱਡੀ ਮੰਗਾਇਆ ਘਰ ਗੱਡੀ ਤੋਂ ਮੁੰਡੇ ਮੰਗਾਏ ਆਪ ਤੇ ਇਹ ਮਾਮਲਾ ਪਿੰਡ ਕਮਾਲਪੁਰੇ ਕਮਾਲਵਾਲਾ ਚੋਣ ਪ੍ਰਚਾਰ ਦੇ ਸੰਬੰਧ ਵਿੱਚ ਆਪਾਂ ਆਪਣੀ ਪਾਰਟੀ ਲੜਦੇ ਸੀ ਅਤੇ ਦੋ ਉੱਥੇ ਮੁੰਡੇ ਗੁਰਪ੍ਰੀਤ ਸਿੰਘ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਲੜਦੇ ਉਹ ਇੱਕ ਦੂਜੇ 'ਤੇ ਦੁਸ਼ਮਣਬਾਜ਼ੀ ਲਾਉਂਦੇ ਆ ਇਹਦੇ ਬਾਰੇ ਤਫਤੀਸ਼ ਕਰਦੇ ਆ ਵੀ ਕੀ ਚਾਹੀਦਾ ਸਰ ਕਿਹੜੀ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਨੇ ਇਹਦੇ ਬਾਰੇ ਕਲੀਅਰ ਕਰਦੇ ਹਾਂ ਜੀ ਜਿਹੜਾ ਹਰਜਿੰਦਰ ਸਿੰਘ ਹੈ ਇਹ ਐਲੀਗੇਸ਼ਨ ਲਾਉਂਦਾ ਵੀ ਇੱਕ ਕਾਂਗਰਸ ਪਾਰਟੀ ਦੇ ਹੁਣ ਇਹਦਾ ਪੱਖ ਲਿਆ ਤਾਂ ਉਹ ਕਹਿੰਦਾ ਵੀ ਅਸੀਂ ਇੱਕੋ ਪਾਰਟੀ ਦੇ ਇਹਦੇ ਬਾਰੇ ਸਾਰੇ ਤੱਥ ਵੇਖੇ ਵੀ ਕਿਹੜੀ ਪਾਰਟੀ ਨੂੰ ਪਿੰਡ 'ਚ ਵੈਰੀਫਾਈ ਕਰਦੇ ਕੀ ਸਾਡੇ ਬੰਦਿਆਂ ਦਾ ਜ਼ਿਆਦਾ ਇਕੱਠ ਦੇਖ ਕੇ ਉਹ ਇਸ ਗੱਲ ਤੋਂ ਘਾਬਰ ਗਏ ਨੇ ਕਿ ਸਾਡੀ ਜਿਹੜੀ ਹਾਰ ਹੈ ਯਕੀਨੀ ਹੈ ਤੇ ਉਹਨਾਂ ਨੇ ਸਿੱਧੇ ਆ ਕੇ ਸਾਡੇ ਬੰਦਿਆਂ ਦੇ ਗੱਲ ਪੈ ਗਏ ਨਹੀਂ ਜਿਵੇਂ ਕਿ ਉਹ ਦੂਸਰੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਇਕੱਠੇ ਹੀ ਵੋਟਾਂ ਮੰਗ ਰਹੇ ਸੀ ਅਸੀਂ ਅਕਾਲੀ ਦਲ ਤੋਂ ਬਿਲਕੁਲ ਗਲਤ ਹੈ ਜੀ ਉਹ ਕਾਂਗਰਸੀ ਬੰਦੇ ਨੇ ਨਾ ਉਹ ਸਾਡੇ ਨਾਲ ਵੋਟਾਂ ਮੰਗਦੇ ਸੀ ਨਾ ਕੋਈ ਗੱਲਾਂ ਬਾਤ ਐਵੇਂ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ ਉਹ ਕਾਂਗਰਸੀ ਸਾਰਾ ਨਗਰ ਪਿੰਡ ਕਮਾਲਾ ਜਾਣਦਾ ਕਿ ਉਹ ਪਹਿਲਾਂ ਤੋਂ ਲੈ ਕੇ ਹੀ ਕਾਂਗਰਸ ਨੂੰ ਵੋਟਾਂ ਪਾਉਂਦੇ ਆ ਅੱਜ ਕਿੰਨੇ ਕੁ ਵਜੇ ਦਾ ਹਾਦਸਾ ਜੀ ਇਹ 11 ਵਜੇ ਦੀ ਗੱਲ ਹੈ ਜੀ ਤੇ ਪੁਲਿਸ ਕਦੋਂ ਪਹੁੰਚੀ ਜੀ ਉੱਥੇ ਮੌਕੇ ਤੇ ਪੁਲਿਸ ਤਾਂ ਪਿੰਡ ਤਾਂ ਪਹੁੰਚੀ ਨਹੀਂ ਜੀ ਇਹ ਤਾਂ ਅਸੀਂ ਆਪਦੇ ਬੰਦੇ ਨੂੰ ਇੱਥੇ ਹਸਪੀਟਲ ਲਿਆ ਕੇ ਐਡਮਿਟ ਕਰਾਇਆ ਤੇ ਬਾਅਦ ਦੇ ਵਿੱਚ ਪੁਲਿਸ ਨੇ ਇੱਥੇ ਸਾਡੇ ਤੋਂ ਬਿਆਨ ਲਏ ਫਾਜ਼ਿਲਕਾ ਸੇ ਜਾਟ ਟੀਵੀ ਨਿਊਜ਼ ਕੇ ਲਈ ਰਣਜੀਤ ਸਿੰਘ ਦੀ ਰਿਪੋਰਟ।